ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਬਲਜੀਤ ਸਿੰਘ। ਅੱਜ ਆਪਾਂ 10th ਕਲਾਸ ਦਾ ਚੈਪਟਰ ਕਰਨ ਜਾ ਰਹੇ ਹਾਂ ਜਿਹਦਾ ਨਾਮ ਕਿ ਨਿਰਦੇਸ਼ਕ ਜਿਆਮਿਤੀ। ਠੀਕ ਹੈ ਜੀ, ਇਹ 10th ਕਲਾਸ ਦਾ ਚੈਪਟਰ ਹੈ, ਮੈਥ ਦਾ 7th ਚੈਪਟਰ, ਨਿਰਦੇਸ਼ ਅੰਕ ਜਿਆਮਿਤੀ। ਠੀਕ ਹੈ ਜੀ, ਨਿਰਦੇਸ਼ ਤੋਂ ਤੁਸੀਂ ਕੀ ਸਮਝ ਸਕਦੇ ਹੋ ਕਿ ਕਿਸੇ ਚੀਜ਼ ਨੂੰ ਆਪਾਂ ਆਰਡਰ ਦਿੰਦੇ ਹਾਂ, ਹੈ ਨਾ, ਨਿਰਦੇਸ਼ ਦਿੰਦੇ ਹਾਂ ਵੀ ਇਸ ਤਰੀਕੇ ਨਾਲ ਇਹ ਕੰਮ ਕਰਨਾ। ਉਹਦੇ 'ਚ ਦੂਜੀ ਚੀਜ਼ ਸਾਡੇ ਕੋਲ ਕੀ ਹੈ, ਅੰਕ। ਅੰਕ ਸਾਡੇ ਕੋਲ ਕੀ ਸੀਗੀ, ਲਾਈਕ ਸੰਖਿਆ ਵਾਂਗੂ, ਹੈ ਨਾ। ਅਤੇ ਜਿਆਮਿਤੀ ਦਾ ਮਤਲਬ ਕੀ ਹੈ ਸਾਡੇ ਕੋਲ, ਜਿਓਮੈਟਰੀ, ਹੈ ਨਾ। ਤਾਂ ਬੇਸਿਕਲੀ ਜਿਹੜਾ ਚੈਪਟਰ ਦਾ ਇੰਗਲਿਸ਼ 'ਚ ਨਾਮ ਹੈਗਾ ਉਹ ਸਾਡੇ ਕੋਲ ਕੀ ਹੈਗਾ, ਕੋਆਰਡੀਨੇਟ ਜਿਓਮੈਟਰੀ। ਇਹਦੇ ਵਿੱਚ ਇਹਦਾ ਫਾਇਦਾ ਕੀ ਹੈ ਚੈਪਟਰ ਪੜ੍ਹਨ ਦਾ, ਸਾਨੂੰ ਸਿੱਖਣ ਨੂੰ ਕੀ ਮਿਲੇਗਾ ਇਹਦੇ ਵਿੱਚ, ਅਸੀਂ ਸਿੱਖ ਕੀ ਸਕਦੇ ਹਾਂ ਇਹਦੇ ਵਿੱਚ। ਅਸੀਂ ਇਹ ਸਿੱਖਾਂਗੇ ਕਿ ਵੀ ਜਿਹੜਾ 2-dimensional ਪਲੇਨ ਹੈ, 2D ਹੈ, ਜਿਸ ਚੀਜ਼ ਦੀ ਲੈਂਥ ਜਾਂ ਬ੍ਰੈਥ ਹੁੰਦੀ ਹੈ, ਹੈ ਨਾ, ਉਹਦੇ ਵਿੱਚ ਅਸੀਂ ਕਿਸੇ ਚੀਜ਼ ਦੀ ਲੋਕੇਸ਼ਨ ਕਿੱਦਾਂ ਫਾਈਂਡ ਕਰ ਸਕਦੇ ਹਾਂ। ਹੁਣ ਚੀਜ਼ ਦੇ ਲਈ ਅਸੀਂ ਕਿੱਥੇ ਯੂਜ਼ ਕਰਾਂਗੇ, ਮੈਥ 'ਚ ਅਸੀਂ ਯੂਜ਼ ਕਰਾਂਗੇ ਪੁਆਇੰਟ, ਕਿਸੇ ਪੁਆਇੰਟ ਦੀ ਲੋਕੇਸ਼ਨ ਕਿੱਦਾਂ ਫਾਈਂਡ ਕਰ ਸਕਦੇ ਹਾਂ। ਦੂਜਾ ਜਿਹੜਾ ਟੋਪਿਕ ਪੜ੍ਹਾਂਗੇ ਉਹ ਪੜ੍ਹਾਂਗੇ ਡਿਸਟੈਂਸ ਬਿਟਵੀਨ 2 ਪੁਆਇੰਟ, 2 ਪੁਆਇੰਟਾਂ ਦੇ ਵਿਚਕਾਰ ਦੀ ਦੂਰੀ ਕਿੱਦਾਂ ਪਤਾ ਕੀਤੀ ਜਾ ਸਕਦੀ ਹੈ। ਤੀਜਾ ਟੋਪਿਕ ਸਾਡੇ ਕੋਲ ਕੀ ਹੈ, ਟ੍ਰਾਇਐਂਗਲ ਬਾਰੇ ਹੈਗਾ ਚੈਪਟਰ ਦੇ ਵਿੱਚ। ਠੀਕ ਹੈ ਜੀ, ਪਹਿਲਾਂ ਤਾਂ ਸਾਡੇ ਕੋਲ ਜਨਰਲੀ ਭੂਮਿਕਾ ਹੈ, ਠੀਕ ਹੈ। ਉਹ ਤੋਂ ਬਾਅਦ ਸਾਡੇ ਕੋਲ ਦੂਜਾ ਪਾਠ ਹੈਗਾ ਹੈ, ਉਹ ਸਾਡੇ ਕੋਲ ਹੈਗਾ ਦੂਰੀ ਸੂਤਰ। ਦੂਰੀ ਸੂਤਰ 'ਚ ਅਸੀਂ ਇਹ ਹੈ ਸਾਡੇ ਕੋਲ ਕੀ ਹੈ, ਡਿਸਟੈਂਸ ਫਾਰਮੂਲਾ। ਠੀਕ ਹੈ ਜੀ, ਅਸੀਂ ਡਿਸਟੈਂਸ ਲੱਭਣਾ 2 ਪੁਆਇੰਟ ਦੇ ਵਿਚਕਾਰ। ਸਭ ਤੋਂ ਪਹਿਲੀ ਗੱਲ ਤਾਂ ਸਾਨੂੰ ਪੁਆਇੰਟ ਲੈਣਾ ਚਾਹੀਦਾ ਹੈ, ਕਿੱਦਾਂ ਲੈਣਾ ਹੈ, ਫਿਰ ਸਾਨੂੰ ਡਿਸਟੈਂਸ ਫਾਰਮੂਲਾ ਹੈ, ਅਤੇ ਮੇਨ ਇਸ ਤੋਂ ਬਾਅਦ ਫਿਰ ਜਿਹੜਾ ਸਾਡੇ ਕੋਲ ਟੋਪਿਕ ਆਉਂਦਾ ਚੈਪਟਰ ਦੇ ਵਿੱਚ, ਇਹ ਆ ਜਾਏਗਾ ਵੀ ਭਾਜਨ ਸੂਤਰ। ਇਹ ਸਾਡੇ ਕੋਲ ਕੀ ਆ ਜਾਏਗਾ, ਵਿਭਾਜਨ ਸੂਤਰ, ਸੈਕਸ਼ਨ ਫਾਰਮੂਲਾ। ਠੀਕ ਹੈ ਜੀ, ਮਤਲਬ ਪਹਿਲੀ ਤਾਂ ਭੂਮਿਕਾ ਆ ਗਈ, ਅਤੇ ਫਿਰ ਵਿਭਾਜਨ ਸੂਤਰ ਆ ਗਿਆ ਤੀਸਰਾ ਟੋਪਿਕ, ਅਤੇ ਲਾਸਟ ਸਾਡੇ ਕੋਲ ਟੋਪਿਕ ਇਹਦੇ ਵਿੱਚ ਕੀ ਆ ਜਾਣਾ ਹੈ, 7.2 ਤੋਂ ਬਾਅਦ ਤ੍ਰਿਭੁਜ ਦਾ ਖੇਤਰਫਲ। ਠੀਕ ਹੈ ਜੀ, ਇਹ ਸਾਡੇ ਕੋਲ ਬੇਸਿਕਲੀ ਸਾਰੇ ਟੋਪਿਕ ਨੇ ਜਿਹੜੇ ਅਸੀਂ ਚੈਪਟਰ ਦੇ ਵਿੱਚ ਕਵਰ ਕਰਨੇ ਨੇ। ਕਲੀਅਰ, ਅਤੇ ਚੈਪਟਰ ਨੂੰ ਸਟਾਰਟ ਕਰਦੇ ਹਾਂ ਆਪਾਂ। ਪਹਿਲੀ ਗੱਲ ਤਾਂ ਸਾਨੂੰ ਕੀ ਹੈ, ਪੁਆਇੰਟ ਲੈਣਾ ਆਉਣਾ ਚਾਹੀਦਾ, ਪੁਆਇੰਟ ਨੂੰ ਕਿਸ ਤਰੀਕੇ ਨਾਲ ਸਟੱਡੀ ਕਰਨਾ, ਵੀ ਪੁਆਇੰਟ ਜਿਹੜਾ 2-dimensional ਪਲੇਨ ਦੇ ਵਿੱਚ ਲਿਆ ਕਿੱਦਾਂ ਜਾਂਦਾ। ਠੀਕ ਹੈ ਜੀ, ਤਾਂ ਸਾਡੇ ਕੋਲ ਹੈਗਾ ਨਿਰਦੇਸ਼ਕ ਜਿਆਮਿਤੀ। ਕਹਿੰਦਾ 9ਵੀਂ ਜਮਾਤ ਵਿੱਚ ਤੁਸੀਂ ਪੜ੍ਹ ਚੁੱਕੇ ਹੋ ਕਿ ਇੱਕ ਤਲ 'ਤੇ ਕਿਸੇ ਬਿੰਦੂ ਦੀ ਸਥਿਤੀ ਨਿਰਧਾਰਿਤ ਕਰਨ ਦੇ ਲਈ ਸਾਨੂੰ ਨਿਰਦੇਸ਼ ਅੰਕ ਧੁਰਿਆਂ ਦੇ ਇੱਕ ਜੋੜੇ ਦੀ ਜ਼ਰੂਰਤ ਹੁੰਦੀ ਹੈ। ਮੇਰੇ 9ਵੀਂ ਕਲਾਸ ਦੇ ਵਿੱਚ ਅਸੀਂ ਸਿੱਖਿਆ ਸੀ, ਛੋਟਾ ਜਿਹਾ ਟੋਪਿਕ ਸੀਗਾ। ਇਹ ਤਲ ਦਾ ਮਤਲਬ ਕੀ ਹੈ, 2-dimensional ਚੀਜ਼ ਹੋ ਸਕਦੀ ਹੈ ਕੋਈ ਵੀ, ਠੀਕ ਹੈ, ਜਿਹਦੀ ਲੈਂਥ ਹੋਏਗੀ ਅਤੇ ਬ੍ਰੈਥ ਹੋਏਗੀ। ਠੀਕ ਹੈ, ਇਹ ਤਲ ਹੈ। ਤਲ ਨੂੰ ਵੈਸੇ ਆਪਾਂ ਪੰਜਾਬੀ 'ਚ ਬੋਲਦੇ ਹਾਂ ਤਲਾ, ਤਲਾ ਮਤਲਬ ਅਸੀਂ ਬੋਲਦੇ ਹਾਂ ਥੱਲਾ, ਥੱਲੇ ਵਾਲਾ ਜਿਹੜਾ ਗਲਾਸ ਹੁੰਦਾ ਸਾਡੇ ਕੋਲ, ਹੈ ਨਾ, ਜਾਂ ਬਾਲਟੀ ਆ, ਉਹਦਾ ਤਲਾ ਹੁੰਦਾ ਹੈ ਪੰਜਾਬੀ 'ਚ ਬੋਲਦੇ, ਵੀ ਤਲਾ ਬਦਲ ਦਿਓ। ਤਾਂ ਤਲ ਉਹ ਵਰਡ ਤੋਂ ਆਇਆ, ਜਿਵੇਂ ਅਸੀਂ ਬੋਲਦੇ ਹਾਂ ਧਰਾ ਤਲ, ਹੈ ਨਾ, ਧਰਤੀ ਦੇ ਨਾਲ, ਧਰਤੀ ਦਾ ਤਲ, ਧਰਾ ਤਲ, ਇਸ ਤਰੀਕੇ ਨਾਲ ਇਹ ਵਰਡ ਤਲ ਨੂੰ ਯੂਜ਼ ਕੀਤਾ ਜਾਂਦਾ ਹੈ। ਅਤੇ ਬਿੰਦੂ ਦੀ ਸਥਿਤੀ, ਸਥਿਤੀ ਮਤਲਬ ਸਾਡੇ ਕੋਲ ਕੀ ਹੈ, ਲੋਕੇਸ਼ਨ, ਲੋਕੇਸ਼ਨ ਮਤਲਬ ਕਿਸ ਜਗ੍ਹਾ ਦੇ ਉੱਤੇ ਹੈ। ਸਥਿਤੀ ਨਿਰਧਾਰਿਤ ਕਰਨ ਦੇ ਲਈ ਸਾਨੂੰ ਨਿਰਦੇਸ਼ਕ ਧੁਰਿਆਂ ਦੇ ਇੱਕ ਜੋੜੇ ਦੀ ਜ਼ਰੂਰਤ ਪੈਂਦੀ ਹੈ। ਜੋੜੇ ਦੇ ਵਿੱਚ ਕਿੰਨੀਆਂ ਚੀਜ਼ਾਂ ਹੁੰਦੀਆਂ ਨੇ, 2 ਚੀਜ਼ਾਂ ਹੁੰਦੀਆਂ ਨੇ। ਉਹ 'ਚ ਸਾਨੂੰ ਇੱਕ ਐਕਸ ਐਕਸਿਸ ਦੀ ਲੋੜ ਪੈਂਦੀ ਸੀਗੀ, ਇੱਕ ਸਾਨੂੰ ਵਾਈ ਦੀ ਲੋੜ ਪੈਂਦੀ ਸੀਗੀ। ਠੀਕ, ਉਹਦੇ 'ਚ ਨੇ ਦੱਸਿਆ ਸਾਰਾ ਲਿਖ ਕੇ, ਕਿਸੇ ਬਿੰਦੂ ਦੇ ਵਾਈ ਧੁਰੇ ਤੋਂ ਦੂਰੀ ਉਸ ਬਿੰਦੂ ਦਾ ਐਕਸ ਨਿਰਦੇਸ਼ ਅੰਕ ਜਾਂ ਭੁਜ ਐਪਸਿਸਾ ਕਹਾਉਂਦੀ ਹੈ। ਦੇਖੋ ਸਾਡੇ ਕੋਲ ਕੀ ਚੀਜ਼ ਹੈ, ਕਿਸੇ ਬਿੰਦੂ ਦੇ ਵਾਈ ਧੁਰੇ ਤੋਂ ਦੂਰੀ। ਹੁਣ ਆਹ ਸਾਡੇ ਕੋਲ ਕੀ ਹੈ, ਐਕਸ ਐਕਸਿਸ, ਇਹ ਸਾਡੇ ਕੋਲ ਕੀ ਹੈ, ਵਾਈ। ਵਾਈ ਐਕਸਿਸ ਤੋਂ ਜਿੰਨਾ ਆਪਾਂ ਕੀ ਜਾ ਰਹੇ ਹਾਂ, ਵਾਈ ਧੁਰੇ ਤੋਂ ਦੂਰੀ ਉਸ ਬਿੰਦੂ ਦਾ ਐਕਸ ਨਿਰਦੇਸ਼ ਅੰਕ ਜਾਂ ਭੁਜ ਕਹਿਲਾਉਂਦੀ ਹੈ। ਵਾਈ ਤੋਂ ਕਿੰਨੀ ਦੂਰ ਹੈ ਉਹ, ਮਤਲਬ ਜਦੋਂ ਵਾਈ ਤੋਂ ਜੇ ਦੂਰ ਹੈ, ਇੱਧਰਲੇ ਪਾਸੇ ਵਾਈ ਤੋਂ ਦੂਰੀ ਬਣਦੀ ਪਈ, ਮਤਲਬ ਅਸੀਂ ਐਕਸ 'ਤੇ ਚੱਲਦੇ ਪਏ ਹਾਂ ਇੱਦਾਂ। ਠੀਕ ਹੈ ਜੀ, ਐਕਸ 'ਤੇ ਚੱਲਦੇ ਪਏ ਹਾਂ, ਅਤੇ ਕਿਸੇ ਬਿੰਦੂ ਦੀ ਐਕਸ ਧੁਰੇ ਤੋਂ ਦੂਰੀ ਉਸ ਬਿੰਦੂ ਦੇ ਵਾਈ ਨਿਰਦੇਸ਼ ਅੰਕ ਜਾਂ ਕੋਟੀ ਨੂੰ ਦਰਸਾਉਂਦੀ ਹੈ, ਉਹਨੂੰ ਅਸੀਂ ਕਹਿੰਦੇ ਹਾਂ ਆਰਡੀਨੇਟ। ਠੀਕ ਹੈ, ਦੋਨਾਂ ਨੂੰ ਬੁਲਾ ਕੇ ਅਸੀਂ ਕੀ ਬੋਲਦੇ ਹਾਂ, ਕੋਆਰਡੀਨੇਟ। ਐਕਸ ਧੁਰੇ ਦੀ ਅਤੇ ਸਥਿਤੀ ਕਿਸੇ ਬਿੰਦੂ ਦੇ ਨਿਰਦੇਸ਼ ਅੰਕ ਐਕਸ ਕੋਮਾ 0 ਦੇ ਰੂਪ ਹੁੰਦੇ ਹਨ। ਐਕਸ ਕੋਆਰਡੀਨੇਟ ਤਾਂ ਅਸੀਂ ਕਿੱਦਾਂ ਲਿਖਦੇ ਹਾਂ, ਐਕਸ ਕੋਮਾ, ਮਤਲਬ ਜੇ ਮੰਨ ਲਓ ਇੱਥੇ ਕਿ ਮੈਂ ਪੁਆਇੰਟ ਲਿਆ ਹੈ, ਹੈ ਨਾ, ਜੋ ਮੈਂ ਐਕਸ ਐਕਸਿਸ ਦੇ ਉੱਤੇ ਚੱਲਦਾ ਪਿਆ ਹਾਂ, ਤਾਂ ਜਦੋਂ ਐਕਸ ਐਕਸਿਸ 'ਤੇ ਚੱਲਦਾ ਪਿਆ ਤਾਂ ਮੈਂ ਵਾਈ ਤੋਂ ਦੂਰ ਜਾ ਰਿਹਾ, ਵਾਈ ਤੋਂ ਦੂਰ ਜਾ ਰਿਹਾ, ਹੈ ਨਾ। ਤਾਂ ਵਾਈ ਧੁਰੇ ਤੋਂ ਦੂਰੀ ਹੀ ਤਾਂ ਐਕਸ ਨਿਰਦੇਸ਼ ਅੰਕ ਹੈ, ਅਤੇ ਐਕਸ ਦੂਰੇ ਤੋਂ ਦੂਰੀ ਹੀ ਤਾਂ ਵਾਈ ਨਿਰਦੇਸ਼ ਅੰਕ ਹੈ। ਠੀਕ ਹੈ, ਅਸੀਂ ਕੀ ਕਹਿੰਦੇ ਹਾਂ, ਭੁਜ ਜਾਂ ਕੋਟੀ ਨਾਮ ਦੇ ਦਿੰਦੇ ਹਾਂ ਪੰਜਾਬੀ 'ਚ। ਐਕਸ ਧੁਰੇ 'ਤੇ ਸਥਿਤ ਕਿਸੇ ਬਿੰਦੂ ਦੇ ਨਿਰਦੇਸ਼ ਅੰਕ ਐਕਸ ਕੋਮਾ 0, ਹੁਣ ਇਹਨੂੰ ਅਸੀਂ ਡਿਫਾਈਨ ਕਿੱਦਾਂ ਕਰਦੇ ਹਾਂ, ਇਹਨੂੰ ਐਕਸ ਕੋਮਾ 0 ਨਾਲ ਡਿਫਾਈਨ ਕਰਦੇ ਹਾਂ। ਮੰਨ ਲਓ ਇਹਦੇ ਉੱਤੇ ਮੈਂ ਕੋਈ ਇੱਥੇ ਪੁਆਇੰਟ ਲੈਣਾ ਹੈ, ਠੀਕ ਹੈ, ਜਿਵੇਂ ਇੱਥੇ 1, 2, 3, ਜਿਹੜਾ ਇਹ ਐਕਸ ਐਕਸਿਸ ਹੈ, ਹਮੇਸ਼ਾ ਅਸੀਂ ਇਹਨੂੰ ਇੱਦਾਂ ਹੀ ਲਿਖਣਾ ਹੈ, ਐਕਸ ਕੋਮਾ ਵਾਈ। ਠੀਕ ਹੈ, ਜੇ ਮੈਂ ਸਿਰਫ ਐਕਸ ਐਕਸਿਸ 'ਤੇ ਚੱਲਿਆ ਹੈ ਤਾਂ ਮੈਂ ਕਿੰਨੇ ਕਦਮ ਚੱਲਿਆ, 3 ਕਦਮ ਚੱਲਿਆ, ਤਾਂ ਐਕਸ ਦੀ ਵੈਲਿਊ ਉੱਥੇ ਕਿੰਨੀ ਹੋਗੀ, 3, ਅਤੇ ਵਾਈ 'ਤੇ ਤਾਂ ਮੈਂ ਚੱਲਿਆ ਹੀ ਨਹੀਂ, ਤਾਂ ਕੋਮਾ ਕਿੰਨਾ, 0। ਤਾਂ ਅਸੀਂ ਇਹ ਵੀ ਕਹਿ ਸਕਦੇ ਹਾਂ ਸਿਰਫ ਐਪਸਿਸਕਾ 'ਤੇ ਐਕਸਿਸ 'ਤੇ ਚੱਲਣਾ, ਜਾਂ ਤੁਹਾਡੇ ਐਕਸ ਨਿਰਦੇਸ਼ 'ਤੇ ਅੰਕ 'ਤੇ ਚੱਲਣਾ, ਜਾਂ ਭੁਜ 'ਤੇ ਚੱਲਣਾ, ਸਿਰਫ ਤੁਹਾਡੇ ਕੋਲ ਕੋਮਾ ਕੀ ਹੈ, ਐਕਸ ਕੋਮਾ 0 ਦੀ ਵੈਲਿਊ। ਇੱਥੇ 0 ਦਾ ਮਤਲਬ ਕੀ ਹੈ, ਵਾਈ 0 ਦਾ ਮਤਲਬ ਕੀ ਹੈ, ਵਾਈ ਦੇ ਉੱਤੇ ਅਸੀਂ ਨਹੀਂ ਚੱਲੇ ਹੈਗੇ।
ਇੱਦਾਂ ਵਾਈ ਦੇ ਉੱਤੇ ਨਹੀਂ ਵਾਕ ਕੀਤੀ ਹੈਗੀ ਅਤੇ ਐਕਸ ਤੋਂ ਦੂਰ ਨਹੀਂ ਗਏ ਅਸੀਂ, ਠੀਕ ਹੈ। ਐਕਸ ਧੁਰੇ 'ਤੇ ਸਥਿਤ ਕਿਸੇ ਬਿੰਦੂ ਦੇ ਨਿਰਦੇਸ਼ ਐਕਸ ਐਕਸ ਕੋਮਾ ਜ਼ੀਰੋ ਅਤੇ ਵਾਈ ਧੁਰੇ 'ਤੇ ਸਥਿਤ ਕਿਸੇ ਬਿੰਦੂ ਦੇ ਨਿਰਦੇਸ਼ ਜ਼ੀਰੋ ਕੋਮਾ ਵਾਈ ਦੇ ਰੂਪ ਹੁੰਦੇ ਨੇ। ਕਲੀਅਰ ਜੀ ਚੀਜ਼, ਇਹ ਚੀਜ਼ ਤੁਹਾਨੂੰ ਸਮਝਣੀ ਚਾਹੀਦੀ ਵੀ ਕਿੱਦਾਂ ਬਣਾਉਣਾ ਹੈ। ਅਤੇ ਇਹਦੇ ਵਿੱਚ ਇੱਕ ਸਟੋਰੀ ਸੀ, ਸਟੋਰੀ ਸੁਣਾਉਣਾ ਤੁਹਾਨੂੰ ਕੀ ਸੀਗੀ, ਸਟੋਰੀ ਦੇਖਦੇ ਕੀ ਆ। ਜਿਹੜਾ ਇੱਕ ਕੋਆਰਡੀਨੇਟ ਜਿਮੈਟਰੀ ਜਿਹਨੇ ਬਣਾਈ ਸੀ ਸਾਇੰਟਿਸਟ ਨੇ, ਉਹ ਕੀ ਸੀਗਾ ਵੀ ਇੱਦਾਂ ਕਹਿੰਦੇ ਸੀ ਕਿ ਉਹ ਆਪਣੇ ਕਮਰੇ ਦੇ ਵਿੱਚ ਨਾ ਪਿਆ ਸੀਗਾ, ਠੀਕ ਹੈ, ਅਤੇ ਉਹ ਆਪਣੀ ਛੱਤ ਵੱਲ ਦੇਖਦਾ ਪਿਆ ਸੀ, ਇੱਦਾਂ ਉਹ ਛੱਤ ਵੱਲ ਦੇਖਦਾ ਪਿਆ ਸੀ ਅਤੇ ਇੱਥੇ ਉਹਨੇ ਮੰਨ ਲਓ ਇੱਕ ਛਿਪਕਲੀ ਇੱਦਾਂ ਦਿਖੀ ਉਹਨੂੰ, ਠੀਕ ਹੈ ਜੀ, ਇੱਕ ਉਹਨੇ ਤਾਂ ਛਿਪਕਲੀ ਨਜ਼ਰ ਆਈ, ਉਹ ਆਪਣੇ ਰੂਮ ਦੇ ਵਿੱਚ ਇੱਥੇ ਬੈੱਡ 'ਤੇ ਪਿਆ ਹੈ ਉਹ, ਅਤੇ ਉਹਨੇ ਆਪਣੀ ਪੂਰੀ ਛੱਤ ਨੂੰ ਇੱਦਾਂ ਕੀ ਕਰ ਲਿਆ, ਇੱਦਾਂ ਪਹਿਲਾਂ ਇੱਕ ਤਲ ਮੰਨ ਲਿਆ, ਤਲ ਦੇ ਵਿੱਚ ਉਹਨੇ ਇੱਦਾਂ ਕੀ ਕੀਤਾ, ਐਕਸ ਐਕਸਿਸ ਬਣਾ ਲਈ, ਇੱਥੇ ਕੀ ਬਣਾ ਲਈ ਉਹਨੇ, ਵਾਈ ਐਕਸਿਸ ਬਣਾ ਲਈ, ਠੀਕ ਹੈ। ਉਹ ਕਹਿੰਦਾ ਵੀ ਇਹ ਸੈਂਟਰ ਪੁਆਇੰਟ ਤੋਂ ਜਾਂ ਇਸ ਓਰੀਜਨ ਤੋਂ, ਇਹਨੂੰ ਅਸੀਂ ਕੀ ਕਹਿ ਦਿੰਦੇ ਹਾਂ, ਓਰੀਜਨ ਕਹਿੰਦੇ ਹਾਂ, ਠੀਕ ਹੈ ਜੀ, ਤਾਂ ਇਹਨੂੰ ਅਸੀਂ ਬੋਲਦੇ ਹਾਂ ਕੇਂਦਰ ਤੋਂ, ਇਹਦਾ ਨਾਮ ਉਹਨੇ ਰੱਖਿਆ 0.0। ਇਹ ਜਿਹੜੀ ਐਕਸ ਐਕਸਿਸ ਸੀਗੀ, ਇਹ ਕੀ ਸੀਗੀ, ਰੇਖਾ ਸੰਖਿਆ, ਠੀਕ ਹੈ ਜੀ। ਇੱਧਰ ਜਿਹੜੀ ਇੱਕ ਰੇਖਾ ਸੰਖਿਆ ਲਈ, ਇੱਧਰ ਵੀ ਕੀ ਲਈ, ਇੱਕ ਰੇਖਾ ਸੰਖਿਆ ਲਈ, ਉਹਨੂੰ ਇੱਦਾਂ ਫਿਰ ਵੀ ਕੀ ਕਰਤਾ, ਉਹਨੇ ਡਿਵਾਈਡ ਕਰਤਾ। ਡਿਵਾਈਡ ਕਿਸ ਤਰ੍ਹਾਂ ਕਰਤਾ, ਇਹ 0 ਹੋ ਗਿਆ, 1, 2, 3, 4, 5, 6, 7, ਠੀਕ ਹੈ, ਇੱਦਾਂ ਡਿਵਾਈਡ ਕਰਤਾ ਉਹਨੇ, ਰੇਖਾ ਸੰਖਿਆ ਬਣਾ ਲਈ। ਇੱਧਰ ਵੀ ਡਿਵਾਈਡ ਕਰ ਲਿਆ ਉਹਨੇ, ਰੇਖਾ ਸੰਖਿਆ ਬਣਾ ਲਈ। ਇੱਧਰ ਕਿੰਨਾ ਗਿਆ, 1, 2, 3, 4। ਇੱਧਰੋਂ ਵੀ ਉਹਨੇ ਮਾਈਨਸ 'ਚ ਡਿਵਾਈਡ ਕੀਤਾ ਹੈ, ਰੇਖਾ ਸੰਖਿਆ ਦੋਨੇ ਪਾਸੇ ਜਾਂਦੀ ਆ, ਥੱਲੇ ਵੀ ਉਹਨੇ ਮਾਈਨਸ 'ਚ ਡਿਵਾਈਡ ਕੀਤਾ ਹੈ, ਠੀਕ ਹੈ ਜੀ, ਤਾਂ ਰੇਖਾ ਸੰਖਿਆ ਤਾਂ ਬਣਾ ਲਈ। ਉਹ ਕਹਿੰਦਾ ਵੀ ਇਹ ਕਿੰਨੀ ਦੂਰ ਹੈ, ਉਹ ਇੱਦਾਂ ਬੋਲ ਸਕਦੇ ਸੀ, ਕਿਹੜੀਆਂ ਗੱਲਾਂ ਬੋਲ ਸਕਦੇ ਸੀ, ਇਹ ਬੋਲ ਸਕਦਾ ਸੀ ਕਿ ਇਹ ਸੱਜੇ ਪਾਸੇ, ਠੀਕ ਹੈ, ਇੱਦਾਂ ਸੱਜੇ ਪਾਸੇ ਜਾਊਗਾ ਨਾ, ਇੱਧਰਲੇ ਪਾਸੇ ਸੱਜੇ ਪਾਸੇ, ਠੀਕ ਹੈ, ਕੋਰਨਰ ਦੇ ਵਿੱਚ ਹੈ, ਉੱਪਰਲੇ ਪਾਸੇ, ਠੀਕ ਹੈ ਨਾ, ਰਾਈਟ ਅੱਪਰ ਕੋਰਨਰ ਦੇ ਵਿੱਚ ਹੈ, ਉੱਤੇ ਉੱਤੇ ਵਾਲੀ ਸਾਈਡ 'ਤੇ, ਇੱਦਾਂ ਵੀ ਬੋਲ ਸਕਦਾ ਸੀਗਾ। ਜੇ ਛਿਪਕਲੀ ਇਸ ਪੁਆਇੰਟ 'ਤੇ ਹੋ ਜਾਂਦੀ ਤਾਂ ਉਹ ਕਹਿ ਦਿੰਦਾ ਵੀ ਖੱਬੇ ਪਾਸੇ ਕੀ ਹੈ, ਕੋਰਨਰ 'ਤੇ ਹੈ। ਤੁਸੀਂ ਆਪਣੇ ਇਮੈਜਿਨ ਕਰਕੇ ਦੇਖੋ, ਆਪਣੇ ਕਮਰੇ ਦੇ ਵਿੱਚ ਛੱਤ ਵੱਲ ਦੇਖੋ, ਤੁਹਾਡੀ ਕਮਰੇ 'ਚ ਛੱਤ 'ਚ ਜਿਹੜਾ ਫੈਨ ਲੱਗਿਆ ਉਹ ਤਾਂ ਕਿੱਥੇ ਲੱਗਿਆ ਹੋਇਆ ਹੈ, ਬਿਲਕੁਲ ਸੈਂਟਰ 'ਚ ਲੱਗਿਆ ਹੈ ਕਿ ਅੱਗੇ ਪਿੱਛੇ ਲੱਗਿਆ ਹੈ। ਇੱਦਾਂ ਹੀ ਉਹਨੇ ਇਹ ਚੀਜ਼ ਨੂੰ ਸੋਚਣ ਦੀ ਕੋਸ਼ਿਸ਼ ਕੀਤੀ ਵੀ ਇਹ ਚੀਜ਼ ਨੂੰ ਮੈਂ ਕਿੱਦਾਂ ਲੱਭ ਸਕਦਾ, ਠੀਕ ਹੈ। ਪਰ ਉਹਨੇ ਫਿਰ ਇੱਕ ਆਹਾ ਮੈਥਡ ਬਣਾਇਆ ਜਿਹਨੂੰ ਅਸੀਂ ਕੀ ਬੋਲਦੇ ਪਏ ਹਾਂ, ਕੋਆਰਡੀਨੇਟ ਜਿਓਮੈਟਰੀ ਬੋਲਦੇ ਹਾਂ ਆਪਾਂ, ਕੀ ਬੋਲਣ ਲੱਗੇ ਉਹਨੇ, ਨਿਰਦੇਸ਼ਕ ਜਿਓਮੈਟਰੀ। ਉਹਨੇ ਕਿਹਾ ਮੰਨ ਲਓ ਇਸ ਪੁਆਇੰਟ ਦੇ ਉੱਤੇ ਕੀ ਹੈ, ਛਿਪਕਲੀ ਆ। ਉਹ ਕਹਿੰਦਾ ਜੇ ਮੈਂ ਐਕਸ ਐਕਸਿਸ 'ਤੇ ਚੱਲਣਾ, 1, 2, 3, 4, 5, 6, ਇੱਥੇ ਪਹੁੰਚ ਕੇ ਉਹਨੇ ਕਹਿੰਦਾ ਮੈਂ ਇੱਦਾਂ ਖੜਾ ਹੋ ਕੇ ਉੱਪਰ ਨੂੰ ਦੇਖਦਾ, ਉੱਪਰ ਨੂੰ ਖੜਾ ਹੋ ਕੇ ਦੇਖਿਆ ਤਾਂ ਉਹਨੇ ਇੱਥੇ ਕੀ ਕਰਤਾ, ਇੱਕ ਪਰਪੈਂਡੀਕੂਲਰ ਲਾਈਨ ਡਰਾਅ ਕਰਤੀ ਹੈ, ਠੀਕ ਹੈ ਜੀ, ਇਹਦੇ ਉੱਤੇ। ਤਾਂ ਇਹ ਕਿਤੇ ਚੱਲੇ ਸੀ ਐਕਸ ਐਕਸਿਸ 'ਤੇ, ਕਹਿੰਦਾ ਜੇ ਹੁਣ ਮੈਂ ਵਾਈ ਤੋਂ ਚੱਲਦਾ, 1, 2, 3, ਤਾਂ ਜਦੋਂ ਇੱਥੇ ਖੜਾ ਹੋਇਆ ਉਹ, ਤਾਂ ਉਹਨੇ ਉੱਪਰ ਨੂੰ ਦੇਖਿਆ ਤਾਂ ਇੱਥੋਂ ਵੀ ਕੀ ਕਰਤੀ, ਉਹਨੇ ਇੱਕ ਲਾਈਨ ਡਰਾਅ ਕਰਤੀ। ਕਲੀਅਰ ਚੀਜ਼, ਇੱਥੇ ਜਾ ਕੇ ਦੋਨੋਂ ਕੱਟੀਆਂ ਗਈਆਂ, ਤਾਂ ਇੱਥੇ ਕੀ ਸੀਗੀ, ਛਿਪਕਲੀ ਸੀਗੀ, ਠੀਕ ਹੈ ਜੀ, ਮੰਨ ਲਓ ਇਸ ਪੁਆਇੰਟ ਦੇ ਉੱਤੇ ਸੀਗੀ। ਤਾਂ ਇਹ ਪੁਆਇੰਟ ਨੂੰ ਉਹਨੇ ਕੀ ਨਾਮ ਦਿੱਤਾ, ਵੀ ਇਹ ਪੁਆਇੰਟ ਨੂੰ ਨਾਮ ਦਿੱਤਾ, ਕਹਿੰਦਾ ਵੀ ਮੈਂ ਪਹਿਲਾਂ ਐਕਸ ਐਕਸਿਸ 'ਤੇ ਚੱਲਿਆ ਸੀ, ਤਾਂ ਐਕਸ ਐਕਸਿਸ ਨੂੰ ਉਹਨੇ ਕੀ ਕਿਹਾ ਸੀਗਾ, ਐਪਸਸਾ, ਤਾਂ ਉਹਨੇ ਕਿਹਾ ਵੀ ਮੈਂ ਕਿੰਨੇ ਪੁਆਇੰਟ ਚੱਲਿਆ, 6 ਪੁਆਇੰਟ ਚੱਲਿਆ। ਹਮੇਸ਼ਾ ਪਹਿਲਾਂ ਐਕਸ ਦੀ ਵੈਲਿਊ ਹੀ ਆਉਣੀ ਆ, ਐਕਸ ਕੋਮਾ ਵਾਈ ਹੀ ਲਿਖਣਾ ਹੈ, ਪਹਿਲਾਂ ਐਕਸ ਦੀ ਵਾਈ ਆਉਣੀ ਆ, ਤਾਂ ਐਕਸ ਦੀ ਪਹਿਲਾਂ ਐਕਸ ਦੀ ਵੈਲਿਊ ਆਉਣੀ ਆ, ਫਿਰ ਵਾਈ ਦੀ। ਅਤੇ ਵਾਈ ਐਕਸਿਸ 'ਤੇ ਕਿੰਨਾ ਚੱਲਿਆ ਉਹ, 3 ਕਦਮ ਚੱਲਿਆ, 6.3। ਤਾਂ ਛਿਪਕਲੀ ਦੀ ਕਿਸ ਕੀ ਪੁਜੀਸ਼ਨ ਹੈ, ਤਲ ਦੇ ਉੱਤੇ, ਜਿਹੜੀ ਤਲ ਇਸ ਟਾਈਮ ਤੁਹਾਡੇ ਕੋਲ ਕੀ ਆ, ਉਹ ਛੱਤ ਹੈ। ਜਿਹੜਾ ਤਲ ਹੈ, ਤਲ ਮੀਨਸ 2 ਡਿਮੈਂਸ਼ਨ ਆਪਾਂ ਬੋਲ ਸਕਦੇ ਹਾਂ, ਤਲ ਦੇ ਉੱਤੇ ਕੀ ਉਹਦੀ ਲੋਕੇਸ਼ਨ ਹੈ, 6.3। ਤਾਂ ਉਹਨੇ ਇੱਥੇ ਕੀ ਨਾਮ ਦਿੱਤਾ, 6.3। ਕਲੀਅਰ ਚੀਜ਼, ਕਲੀਅਰ ਹੋਈ ਗੱਲ, ਵੀ ਇਹ ਕਿਸ ਤਰੀਕੇ ਨਾਲ ਨਿਰਦੇਸ਼ਕ ਜੇ ਮੈਂ ਤੁਹਾਨੂੰ ਦੇਖਦੇ ਪਿਓ, ਦੈਟ ਮੀਨਸ 2 ਡਿਮੈਂਸ਼ਨ ਜਿਹੜਾ ਪਲੇਨ ਹੈ, ਇਹਨੂੰ ਆਪਾਂ ਪਲੇਨ ਬੋਲਦੇ ਹਾਂ ਜਾਂ ਇਹਨੂੰ ਆਪਾਂ ਬੋਲਦੇ ਹਾਂ ਤਲ, ਤਲ ਦੇ ਵਿੱਚ ਕਿਸੇ ਬਿੰਦੂ ਦੀ ਜਿਹੜੀ ਲੋਕੇਸ਼ਨ ਹੈ, ਜਿਹੜੀ ਸਥਿਤੀ ਹੈ, ਉਹ ਕਿੱਦਾਂ ਲੱਭੀ ਜਾ ਸਕਦੀ ਹੈ। ਇਹੀ ਇਹ ਚੈਪਟਰ ਦੀ ਪਹਿਲੀ ਗੱਲ ਖਾਸੀਅਤ ਹੈ, ਵੀ ਇਹ ਚੈਪਟਰ ਕੰਮ ਕਿੱਦਾਂ ਹੈ। ਫਿਰ ਜੇ ਅਸੀਂ 2 ਡਿਮੈਂਸ਼ਨ 'ਚ ਲੱਭ ਸਕਦੇ ਨਾ, ਤਾਂ ਅਸੀਂ 3 ਡਿਮੈਂਸ਼ਨ 'ਚ ਵੀ ਲੱਭ ਸਕਦੇ ਹਾਂ। 3 ਡਿਮੈਂਸ਼ਨ 'ਚ ਤੁਹਾਨੂੰ ਬਣਾ ਕੇ ਦਿਖਾ ਦੇਣਾ ਕਿਸ ਤਰੀਕੇ ਨਾਲ ਹੋ ਜਾਂਦਾ, ਥੋੜ੍ਹਾ ਜਿਹਾ 3 ਡਿਮੈਂਸ਼ਨ 'ਚ ਮੰਨ ਲਓ ਇੱਦਾਂ ਇੱਕ ਬਾਕਸ ਹੈ ਮੇਰੇ ਕੋਲ, ਠੀਕ ਹੈ, ਮੰਨ ਲਓ ਇੱਦਾਂ ਮੇਰੇ ਕੋਲ ਇੱਕ ਬਾਕਸ ਹੈ, ਤਾਂ ਇਹਦੇ ਵਿੱਚ ਸੈਂਟਰ 'ਚ ਪੁਆਇੰਟ ਹੈ ਮੰਨ ਲਓ, ਤਾਂ ਮੈਂ ਇਹਨੂੰ ਮੰਨ ਕੇ ਫਿਰ ਉਹਦੇ 'ਚ ਇੱਦਾਂ ਚੱਲਦੇ ਹਾਂ। ਦੇਖੋ, ਇਹਨੂੰ ਮੰਨਦੇ ਹਾਂ ਅਸੀਂ ਐਕਸ ਐਕਸਿਸ, ਜਿਹੜੀ ਉੱਪਰ ਜਾ ਰਹੀ ਹੈ ਇਹਨੂੰ ਮੰਨਦੇ ਵਾਈ ਐਕਸਿਸ, ਜਿਹੜੀ ਪਿੱਛੇ ਜਾ ਰਹੀ ਹੈ ਇਹਨੂੰ ਮੰਨਦੇ ਜ਼ੈਡ ਐਕਸਿਸ। ਫਿਰ ਇੱਥੋਂ ਇੱਕ ਲਾਈਨ ਕੱਢੀ ਜਾਂਦੀ ਹੈ ਇੱਥੇ, ਇਹਦੇ ਕੋਮੇ ਹੁੰਦੇ x, y, z। ਇਹ 3 ਡਿਮੈਂਸ਼ਨ ਜਿਓਮੈਟਰੀ ਆ ਜਾਂਦੀ ਹੈ ਜੀ, ਠੀਕ ਹੈ। +1 ਜਾਂ +2 ਦੇ ਵਿੱਚ ਜਾ ਕੇ ਤੁਹਾਨੂੰ ਆਏਗੀ ਮੈਥ ਦੇ ਵਿੱਚ, ਇਹ ਤੁਹਾਡੇ ਕੋਲ ਕੀ ਹੁੰਦੀ ਹੈ, 3 ਡਿਮੈਂਸ਼ਨ ਜਿਓਮੈਟਰੀ। ਇਹ ਕੋਆਰਡੀਨੇਟ ਜਿਓਮੈਟਰੀ ਨੂੰ ਅਸੀਂ 2 ਡਿਮੈਂਸ਼ਨ ਜਿਓਮੈਟਰੀ ਵੀ ਮੰਨ ਕੇ ਚੱਲ ਸਕਦੇ ਹਾਂ, ਠੀਕ ਹੈ। ਇਹਦੇ ਵਿੱਚ ਤਾਂ ਇੱਕ ਚੀਜ਼ ਸੀ ਉਹ ਵੀ, ਸਾਨੂੰ ਬਿੰਦੂ ਲੱਭਣਾ ਆਉਣਾ ਚਾਹੀਦਾ ਹੈ, ਬਿੰਦੂ ਦੇਖਣਾ ਹੈ ਕਿੱਦਾਂ ਲੈਣਾ ਤਲ ਦੇ ਵਿੱਚ, ਅਤੇ ਦੂਜਾ ਟੋਪਿਕ ਸਾਡੇ ਕੋਲ ਕੀ ਹੈ, ਉਹਨੇ ਦੂਰੀ ਕਿੱਦਾਂ ਲੱਭਣੀ ਹੈ, ਠੀਕ ਹੈ ਜੀ। ਫਿਰ ਉਹ ਤੋਂ ਬਾਅਦ ਡਿਸਟੈਂਸ ਫਾਰਮੂਲਾ ਸਾਨੂੰ ਇਹੀ ਸਿਖਾਏਗਾ, ਠੀਕ ਹੈ ਜੀ। ਇਹ ਅਸੀਂ ਚੈਪਟਰ ਨੂੰ ਸਾਰਿਆਂ ਨੂੰ ਸਟੱਡੀ ਕਰਨਾ ਹੈ, ਮੈਨੂੰ ਲੱਗਦਾ ਤੁਹਾਨੂੰ ਇਹ ਟੋਪਿਕ ਥੋੜ੍ਹਾ ਜਿਹਾ ਕਲੀਅਰ ਹੋ ਜਾਣਾ, ਕੋਆਰਡੀਨੇਟ ਜਿਓਮੈਟਰੀ 'ਚ ਅਸੀਂ ਕਰਨਾ ਕੀ ਆ। ਕਹਿੰਦਾ ਤੁਹਾਨੂੰ ਇੱਕ ਖੇਡ ਦਿੱਤੀ ਜਾ ਰਹੀ ਹੈ, ਇੱਕ ਗ੍ਰਾਫ ਪੇਪਰ 'ਤੇ ਲੰਬ ਤੁਰਿਆਂ
ਪਰਪੈਂਡੀਕੂਲਰ ਲਓ, ਐਕਸਿਸ ਦਾ ਇੱਕ ਜੋੜਾ ਖਿੱਚੋ, ਮਤਲਬ ਇੱਦਾਂ ਕੀ ਕਰ ਲਓ, ਲੰਬ ਤੁਰਿਆਂ ਦਾ ਜੋੜਾ ਖਿੱਚ ਲਿਆ। ਹੁਣ ਹੇਠਾਂ ਦਿੱਤੇ ਬਿੰਦੂ ਨੂੰ ਆਲੇਖਿਤ ਕਰੋ ਅਤੇ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਇਹਨਾਂ ਨੂੰ ਮਿਲਾਓ। ਬਿੰਦੂ ਏ ਕੌਮਾ ਚਾਰ ਬਣਾਉਣਾ ਪੈਣਾ, ਇਹਨੂੰ ਏ ਨੂੰ 4.8 ਬਿੰਦੂ ਬਣਾ ਸਕਦੇ ਤੁਸੀਂ, ਕੀ ਔਖਾ, ਕੋਈ ਔਖਾ ਨਹੀਂ ਹੈਗਾ। ਪਹਿਲਾਂ ਇੱਕ ਐਕਸ ਐਕਸਿਸ ਬਣਾਓ, ਇੱਕ ਵਾਈ ਐਕਸਿਸ ਬਣਾਓ, ਇੱਥੇ ਕੀ ਬਣ ਗਿਆ 1, ਇੱਥੇ ਦੋਨੋਂ ਕੀ, ਇੱਥੇ 0.0 ਕਿਉਂ ਆਉਣਗੇ, ਕਿਉਂਕਿ ਇਹ ਐਕਸ ਦੀ ਵੀ 0 ਅਤੇ ਵਾਈ ਦੀ ਵੀ 0 ਹੈ, ਅਤੇ ਇਹ ਹੈ ਕੀ ਹੈ ਮੇਰੇ ਕੋਲ ਐਕਚੁਲੀ ਰੇਖਾ ਸੰਖਿਆ ਹੈ ਜਿਹੜੀ ਆਪਾਂ ਛੋਟੀ ਕਲਾਸਾਂ 'ਚ ਪੜ੍ਹਿਆ ਸੀਗਾ, ਉਹ ਬਣਾਈਆਂ ਨੇ ਇਹਨੇ ਐਕਸ ਐਕਸਿਸ 'ਤੇ 1, 2, 3, 4। ਤਾਂ ਪਹਿਲਾਂ ਏ ਮੇਰੇ ਕੋਲ ਕੀ ਆ 4.8 ਹੈ, ਤਾਂ ਪਹਿਲਾਂ ਮੈਂ 4 ਕਦਮ ਚੱਲਣੇ ਆ ਕਿਹਦੇ ਉੱਤੇ, ਐਕਸ ਐਕਸਿਸ ਦੇ ਉੱਤੇ, 1, 2, 3, 4, ਇੱਥੋਂ ਖੜ ਕੇ ਮੈਂ ਇੱਕ ਡੋਟਡ ਲਾਈਨ ਖਿੱਚ ਦਿੰਦਾ। ਦੂਜੇ ਪਾਸੇ ਕਿਹਨੇ ਚੱਲਣੇ ਆ 8 ਕਦਮ, ਤਾਂ ਇੱਥੇ ਕਹਿੰਦੇ 1, 2, 3, 4, 5, 6, 7, 8, ਇੱਥੋਂ ਜੇ ਜਿਹਨੇ ਜਿੱਥੇ ਦੋਨੋਂ ਲਾਈਨਾਂ ਕੱਟ ਗਈਆਂ, ਜਿੱਥੇ ਦੋਨੋਂ ਲਾਈਨ ਕੱਟ ਕਰਨਗੀਆਂ, ਉੱਥੇ ਮੇਰੇ ਕੋਲ ਕੀ ਆ ਜਾਏਗਾ ਏ 4.8। ਕਲੀਅਰ ਜੀ? ਇੱਦਾਂ ਤੁਸੀਂ ਸਾਰੀ ਵੈਲਿਊ ਬਣਾ ਲੈਂਗੇ। ਉਹ ਬੰਦਾ ਬਿੰਦੂ 3.9, ਮਤਲਬ ਪਹਿਲਾਂ 3 'ਤੇ ਚੱਲਣਾ, 3.9 ਕਿੱਦਾਂ ਬਣਾਏਗੇ ਉਹ, ਪਹਿਲਾਂ 1, 2, 3, 3 'ਤੇ ਚੜ੍ਹ ਕੇ ਇੱਕ ਲਾਈਨ ਖਿੱਚ ਦੇਂਗੇ ਉਹ, ਇੱਧਰ ਕਿੰਨਾ 9, 9 ਮਤਲਬ ਕੀ ਦੱਸਦਾ ਮੈਨੂੰ, ਪਿਆ ਮੈਨੂੰ ਵਾਈ ਐਕਸਿਸ 'ਤੇ ਚੱਲੋ, 1, 2, 3, 4, 5, 7, 9, ਦੋਨਾਂ ਨੂੰ ਕੱਟ ਦੇ ਕੇ ਬਣਾ ਦੇਂਗੇ ਤੁਹਾਡੇ ਕੋਲ ਕੀ ਆ ਜਾਏਗਾ 3.9। ਇੱਦਾਂ ਤੁਸੀਂ ਸਾਰੇ ਦੇ ਸਾਰੇ ਬਿੰਦੂ ਕੀ ਕਰ ਸਕਦੇ ਹੋ, ਗ੍ਰਾਫ 'ਤੇ ਬਣਾ ਸਕਦੇ ਹੋ। ਸਾਰੇ ਬਿੰਦੂ ਦੀ ਵੈਲਿਊ ਦਿੱਤੀ ਹੈ, ਉਹਨੂੰ ਏ ਨਾਮ ਦਿੱਤਾ, ਬੀ ਨਾਮ ਦਿੱਤਾ, ਬੀ ਨੂੰ ਸੀ, ਫਿਰ ਬੀ ਨੂੰ ਸੀ ਨਾਲ, ਸੀ ਨੂੰ ਡੀ ਨਾਲ, ਡੀ ਨੂੰ ਈ, ਈ ਨੂੰ ਐਫ, ਐਫ ਨੂੰ ਜੀ, ਜੀ ਐਚ, ਸਾਰਿਆਂ ਨੂੰ ਕੀ ਕਰੋ, ਕਹਿੰਦਾ ਮਿਲਾਓ, ਮਿਲਾ ਦਿਓ। ਬਾਅਦ ਬਿੰਦੂਆਂ 'ਤੇ ਪੀ 3.5.7, ਤਾਂ 3.5.7 'ਤੇ ਕਿਉਂ 3.6 ਆਰ ਨੂੰ 4.6 ਜੋੜ ਦੇ ਤ੍ਰਿਭੁਜ ਬਣਾਓ, ਕਿਉਂਕਿ ਦੇਖੋ ਜੇ ਤੁਸੀਂ ਬਿੰਦੂ ਨੇ ਤਾਂ ਜੋੜ ਵੀ ਦੇਂਗੇ ਉਹ ਤਾਂ ਤ੍ਰਿਭੁਜ ਬਣ ਜਾਣਗੀਆਂ। ਤਾਂ ਇਹ ਤ੍ਰਿਭੁਜ ਕਿੱਦਾਂ ਬਣ ਜਾਏਗੀ ਤੁਹਾਨੂੰ ਮਾੜਾ ਜਿਹਾ ਦੱਸ ਦਿੰਦਾ, ਸ਼ਾਇਦ ਇੱਥੇ ਕੌਮਾ ਜਦੋਂ ਇੱਥੇ ਦੋ ਲਾਈਨਾਂ ਕੱਟ ਕੇ ਜਾਣਗੀਆਂ ਇਹ ਪੁਆਇੰਟ ਏ ਬਣ ਜਾਏਗਾ, ਇੱਥੇ ਪੁਆਇੰਟ ਕੀ ਬਣ ਜਾਏਗਾ ਬੀ ਬਣ ਜਾਏਗਾ, ਇੱਥੇ ਪੁਆਇੰਟ ਕੀ ਸੀ ਬਣ ਜਾਏਗਾ। ਜਦੋਂ ਮੈਂ ਤਿੰਨਾਂ ਨੂੰ ਜੋੜ ਦੂੰਗਾ, ਠੀਕ ਹੈ, ਇਹ ਐਕਸ ਐਕਸਿਸ 'ਤੇ ਜੁੜੀ, ਇਹ ਵਾਈ ਐਕਸਿਸ 'ਤੇ ਜੁੜੀ, ਇਹ ਐਕਸ ਐਕਸਿਸ 'ਤੇ ਜੁੜੀ ਅਤੇ ਵਾਈ ਐਕਸਿਸ 'ਤੇ ਜੁੜੀ, ਤਾਂ ਮੇਰੇ ਕੋਲ ਕੀ ਬਣ ਜਾਏਗੀ, ਇੱਕ ਤ੍ਰਿਭੁਜ ਬਣ ਜਾਏਗੀ। ਠੀਕ ਹੈ, ਕੋਈ ਪ੍ਰੋਬਲਮ ਨਹੀਂ ਹੈਗੀ, ਤੁਸੀਂ ਬਣਾ ਸਕਦੇ ਹੋ ਇਹਨੂੰ। ਕਹਿੰਦਾ ਨਾਲ ਹੀ ਤੁਸੀਂ ਇਹ ਵੀ ਵੇਖ ਚੁੱਕੇ ਹੋ ਕਿ ਏ ਐਕਸ ਪਲੱਸ ਬੀ ਵਾਈ ਪਲੱਸ ਸੀ ਇਜ਼ ਇਕੁਅਲ ਟੂ 0, ਜਿੱਥੇ ਏ ਅਤੇ ਬੀ ਇਕੱਠੇ ਸਿਫਰ ਨਾ ਹੋਣ, ਏ ਅਤੇ ਬੀ 0 ਨਹੀਂ ਹੋ ਸਕਦੇ। ਕਿਉਂ ਨਹੀਂ ਹੋ ਸਕਦੇ? ਦੇਖੋ ਜੀ, ਏ ਐਕਸ ਪਲੱਸ ਬੀ ਵਾਈ ਪਲੱਸ ਸੀ ਦੇ ਵਿੱਚ ਜੇ ਏ 0 ਹੋ ਗਿਆ, ਜੇ ਮੰਨ ਲਓ ਏ 0 ਹੋ ਗਿਆ ਤਾਂ ਐਕਸ ਖਤਮ ਹੋ ਗਿਆ, ਠੀਕ ਹੈ, ਐਕਸ ਖਤਮ ਹੋ ਗਿਆ ਤਾਂ ਕੀ ਬਚ ਗਿਆ? ਵੀ ਵਾਈ ਪਲੱਸ ਸੀ ਬਚ ਗਿਆ। ਜੇ ਇਹ ਵੀ 0 ਹੋ ਗਿਆ, ਜੇ ਇਹ ਵੀ 0 ਹੋ ਗਿਆ ਤਾਂ ਇਕੱਲਾ ਕੀ ਬਚ ਗਿਆ? ਸੀ। ਸੀ ਤੁਹਾਡੇ ਕੋਲ ਕੀ ਹੈ? ਇੱਕ ਕੋਈ ਇੱਦਾਂ ਦਾ ਨੰਬਰ ਹੈ ਜਿਹੜਾ ਕੀ ਹੈ, ਕੋਈ ਸੰਖਿਆ ਹੈ, ਅਤੇ ਸੰਖਿਆ ਤਾਂ ਦਰਸਾਉਂਦੀ ਵੀ ਨਹੀਂ ਹੈਗੀ, ਤਾਂ ਰੇਖਾ ਦੇ ਲਈ ਤੁਹਾਡੇ ਕੋਲ ਇੱਕ ਚਰ ਹੋਣਾ ਚਾਹੀਦਾ ਹੈ, ਅਤੇ ਉਹਦੀ ਪਾਵਰ ਕਿੰਨੀ ਹੋਣੀ ਚਾਹੀਦੀ ਹੈ? 1 ਪਾਵਰ ਹੋਣੀ ਚਾਹੀਦੀ ਹੈ। ਤਾਂ ਸਭ ਤੋਂ ਸਿੰਪਲੈਸਟ ਫਾਰਮ ਕੀ ਸੀ ਤੁਹਾਡੇ ਕੋਲ? ਏ ਐਕਸ ਪਲੱਸ ਬੀ ਇਜ਼ ਇਕੁਅਲ ਟੂ 0 ਵਾਲੀ, ਯਾਦ ਕਰੋ, ਇੱਕ ਰੇਖਾ ਬਣਾਉਂਦੀ ਹੈ। ਠੀਕ ਹੈ, ਇਹ ਥੋੜ੍ਹਾ ਤੁਹਾਨੂੰ ਗ੍ਰਾਫ ਦੇ ਉੱਤੇ ਸਮਝਾ ਦਿੰਦਾ ਸੋਲਵ ਕਰਕੇ ਵੀ ਕਿੱਦਾਂ ਬਣਾਉਂਦੀ ਹੈ ਇਹ। ਠੀਕ ਹੈ ਜੀ, ਇਹ ਕਿਸ ਤਰੀਕੇ ਨਾਲ ਕੰਮ ਕਰਦੀ ਹੈ ਇਹਨੂੰ ਦੇਖਦੇ ਹਾਂ ਆਪਾਂ। ਏ ਐਕਸ ਪਲੱਸ ਬੀ, ਠੀਕ ਹੈ, ਸਭ ਤੋਂ ਪਹਿਲਾਂ ਤਾਂ ਮੈਂ ਲੈਂਦਾ ਐਕਸ ਇਜ਼ ਇਕੁਅਲ ਟੂ 0 ਨੂੰ, ਇਹਨੂੰ ਥੋੜ੍ਹਾ ਜਿਹਾ ਸਮਝਣ ਦੀ ਕੋਸ਼ਿਸ਼ ਕਰਿਓ। ਸਭ ਤੋਂ ਪਹਿਲਾਂ ਮੈਂ ਲੈਂਦਾ ਐਕਸ ਇਜ਼ ਇਕੁਅਲ ਟੂ 0 ਨੂੰ, ਜੇ ਐਕਸ ਦੀ ਪਾਵਰ ਦੇਖੋ ਦੋ, ਮੰਨ ਲਓ ਮੈਂ ਪਹਿਲਾਂ ਇੱਕ ਮਸ਼ੀਨ ਬਣਾਉਂਦਾ ਹੈ, ਇੱਕ ਮਸ਼ੀਨ ਬਣਾਉਂਦਾ ਜਿਹਦੇ ਵਿੱਚ ਕੀ ਹੈ ਕਿ ਜੂਸਰ ਹੈ, ਜੂਸ ਪਾਵਾਂਗੇ, ਜੂਸਰ ਬਣਾਇਆ ਮੈਂ ਕਿ ਜਿਹੜਾ ਜੂਸ ਕੱਢਦਾ ਹੈ, ਇਹਦੇ ਵਿੱਚ ਮੈਂ ਕੀ ਪਾ ਰਿਹਾ? ਐਕਸ ਇਨਪੁੱਟ ਪਾ ਰਿਹਾ ਹੈ, ਅਤੇ ਵਾਈ ਮੇਰੇ ਕੋਲ ਕੀ ਆ ਰਹੀ ਹੈ? ਆਊਟਪੁੱਟ ਆ ਰਹੀ ਹੈ। ਠੀਕ ਹੈ, ਜੂਸ ਕੱਢਣ ਵਾਲੀ ਮਸ਼ੀਨ ਹੈ, ਕੋਈ ਵੱਡੀ ਗੱਲ ਨਹੀਂ ਹੈਗੀ। ਇਹਦੇ 'ਚ ਮੰਨ ਲਓ ਮੈਂ ਇੱਕ ਸੰਤਰਾ ਪਾਉਂਦਾ ਹੈ, ਐਕਸ ਪਾਉਂਦਾ ਮੈਂ 1, ਹੈ ਨਾ, ਤਾਂ ਵਾਈ ਇਜ਼ ਇਕੁਅਲ ਟੂ ਐਕਸ, ਇੱਦਾਂ ਇਕੁਏਸ਼ਨ ਲਿਖਦਾ। ਜਦੋਂ ਮੈਂ 1 ਪਾਉਂਦਾ ਤਾਂ ਮੈਨੂੰ ਕਿੰਨਾ ਮਿਲਦਾ ਹੈ? ਇੱਕ ਗਲਾਸ ਜੂਸ ਮਿਲਦਾ ਹੈ। ਜਦੋਂ ਮੈਂ 2 ਸੰਤਰੇ ਪਾਉਂਦਾ, ਇੱਧਰ ਐਕਸ ਕੀ ਨੇ ਮੇਰੇ ਕੋਲ? ਸੰਤਰੇ। ਵਾਈ ਇੱਧਰ ਮੇਰੇ ਕੋਲ ਕੀ ਨੇ? ਜੂਸ ਜੋ ਮੈਨੂੰ ਮਿਲਣਾ ਹੈ। ਠੀਕ ਹੈ, ਤਾਂ 2 ਪਾਉਂਦਾ ਤਾਂ 2 ਗਲਾਸ ਮਿਲਦੇ ਆ, 3 ਪਾਉਂਦਾ ਤਾਂ 3 ਗਲਾਸ ਮਿਲਦੇ ਆ, ਤਾਂ ਵਾਈ ਇਜ਼ ਇਕੁਅਲ ਟੂ ਐਕਸ। ਇਹਨੂੰ ਮੈਂ ਗ੍ਰਾਫ 'ਤੇ ਡਰਾਅ ਕਰਨ ਦੀ ਕੋਸ਼ਿਸ਼ ਕਰਦਾ, ਇਹਨੂੰ ਮੈਂ ਗ੍ਰਾਫ 'ਤੇ ਡਰਾਅ ਕਰਨ ਦੀ ਕੋਸ਼ਿਸ਼ ਕਰਦਾ ਜੋ ਮੇਰੇ ਕੋਲ ਵੈਲਿਊ ਆਈ ਹੈ। ਠੀਕ ਹੈ ਜੀ, ਆਹ ਮੇਰੇ ਕੋਲ ਕੀ ਹੈ? ਐਕਸ ਐਕਸਿਸ, ਇੱਧਰ ਮੇਰੇ ਕੋਲ ਕੀ ਹੈ? ਵਾਈ ਐਕਸਿਸ। ਤਾਂ ਮੇਰੇ ਕੋਲ ਇਹ ਕੀ ਬਣਿਆ ਸੀ? ਵਾਈ ਇਜ਼ ਇਕੁਅਲ ਟੂ ਐਕਸ, ਐਕਸ ਮੇਰੇ ਕੋਲ ਕੀ ਸੀ? ਇਨਪੁੱਟ, ਵਾਈ ਮੇਰੇ ਕੋਲ ਕੀ ਸੀ? ਆਊਟਪੁੱਟ, ਹੈ ਨਾ। 1 ਕਰਨ 'ਤੇ 1, 2 ਕਰਨ 'ਤੇ 2, 3 ਕਰਨ 'ਤੇ 3, ਠੀਕ ਹੈ, ਇਹ ਤੁਹਾਨੂੰ ਕੋਲ ਚੀਅਰ ਹੈ। ਮਤਲਬ 1 ਕਰਨ 'ਤੇ ਕੀ ਮਿਲਦਾ ਪਿਆ ਮੈਨੂੰ? 1, 2 ਪੁੱਟ ਕਰਨ 'ਤੇ ਮੈਨੂੰ ਕੀ ਮਿਲਦਾ ਹੈ? 2, 3 ਪੁੱਟ ਕਰਨ 'ਤੇ ਮੈਨੂੰ ਕੀ ਮਿਲਦਾ ਹੈ? 3। ਕਲੀਅਰ ਚੀਜ਼? ਇਹਨਾਂ ਸਾਰਿਆਂ ਨੂੰ ਮੈਂ ਜੋੜਨ ਦੀ ਕੋਸ਼ਿਸ਼ ਕਰਦਾ, ਇੱਕ ਪੁਆਇੰਟ ਇੱਥੇ ਆ ਗਿਆ, ਇੱਕ ਪੁਆਇੰਟ ਇੱਥੇ ਆ ਗਿਆ, ਇੱਕ ਪੁਆਇੰਟ ਇੱਥੇ ਆ ਗਿਆ। ਤੁਹਾਨੂੰ ਮੈਂ ਜਦੋਂ ਖਿੱਚਿਆ ਤਾਂ ਮੇਰੇ ਕੋਲ ਕੀ ਬਣ ਗਈ? ਇੱਕ ਰੇਖਾ ਬਣ ਗਈ ਆ। ਤਾਂ ਰੇਖਾ ਮੇਰੇ ਕੋਲ ਕੀ ਆਈ ਆ? ਵਾਈ ਇਜ਼ ਇਕੁਅਲ ਟੂ ਐਕਸ ਦੇ ਨਾਲ, ਅਤੇ ਐਕਸ ਦੀ ਇੱਥੇ ਜਿਹੜੀ ਪਾਵਰ ਹੈ ਉੱਪਰ ਉਹ ਕਿੰਨੀ ਆ? 1 ਹੈ। ਠੀਕ ਹੈ, ਤਾਂ ਜਿਹੜੀ ਜਦੋਂ ਐਕਸ ਦੀ ਪਾਵਰ 1 ਹੋਏਗੀ, ਚਰ ਦੀ ਪਾਵਰ 1 ਹੋਏਗੀ, ਉਹ ਮੈਨੂੰ ਕੀ ਦਿੰਦਾ? ਇੱਕ ਰੇਖਾ ਦਾ ਗ੍ਰਾਫ ਦਿੰਦਾ ਹੈ। ਉਸ ਤੋਂ ਬਾਅਦ ਏ ਐਕਸ ਪਲੱਸ ਬੀ ਇਜ਼ ਇਕੁਅਲ ਟੂ ਜਦੋਂ 0 ਕਰਦੇ ਹੋ, ਹੁਣ ਮੰਨ ਲਓ ਮੈਂ ਇਹਦੇ ਨਾਲ ਏ ਐਕਸ ਨਾਲ ਜੋੜ ਦਿੰਦਾ, ਠੀਕ ਹੈ, ਏ ਐਕਸ ਨਾਲ ਜੋੜ ਦਿੰਦਾ, ਇੱਥੇ ਇਹਦੇ ਨਾਲ ਕੀ ਜੋੜਦਾ? ਇੱਕ ਮਤਲਬ ਏ ਨਾਲ ਜੋੜਦਾ ਐਕਸ, ਇਹ ਕੋਈ ਵੀ ਨੰਬਰ ਹੋ ਸਕਦਾ, ਉਹ ਮੰਨ ਲਓ ਮੇਰੇ ਕੋਲ ਕੀ ਹੈ? 2 ਹੈ। ਤਾਂ ਹੁਣ ਜਿਹੜਾ ਗ੍ਰਾਫ ਬਣੇਗਾ ਉਹ ਮੇਰੇ ਕੋਲ ਕੀ ਮੰਨ ਲਿਆ? ਬਣੇਗਾ ਮੇਰੇ ਕੋਲ 2x ਦਾ ਗ੍ਰਾਫ ਬਣੇਗਾ। ਤਾਂ ਐਕਸ ਇੱਕ ਪੁੱਟ ਕਰਨ 'ਤੇ ਤਾਂ 2 ਨਾਲ ਗੁਣਾ ਕਰਨਾ ਪਏਗਾ, ਤਾਂ ਵਾਈ ਕਿੰਨਾ ਆ ਰਿਹਾ ਮੇਰੇ ਕੋਲ? 2। ਤਾਂ ਹੁਣ ਮੇਰੇ ਕੋਲ ਗ੍ਰਾਫ ਦੇ ਵਿੱਚ ਕੀ ਪੰਗਾ ਪੈ ਜਾਏਗਾ? ਤਾਂ ਹੁਣ
एक पुट किया बट वाई किन्ना मिलता पाया मैं टू मिलता पाया तो आ चीज़ तो पॉइंट कितने आ गया इतने तो फिर इनू टू पुट करन जो टू पुट करूँगा इतने मेरे को हूँ की है ए एक्स मतलब टू एक्स टू पुट करते मेरे को इतने कि बन जाएगा फोर तो इतने हूँ कि वैल्यू आ जाएगी इतने कि आएगी फोर ठीक है जी। तो आ चीज़ में टू पुट करते मेरे को कि आ गया फोर आ गया तो तुम देखो ग्राफ है वो की हो गया उपर उठ गया है समझ रही है गल तो दैट मीनस ए एक्स लगन के ग्राफ की हो गया उपर उठ गया हूँ जो मेरे को ए एक्स प्लस बी हों बी इतने मान लो वैल्यू वन है इतने टू एक्स प्लस वन है हूँ इतने वन पुट करन टू वन टू प्लस थ्री हूँ कि वैल्यू होगी थ्री होगी तो जो वन पुट किया तो वैल्यू कि आती पे थ्री तो ग्राफ होर उपर उठ रहा है तो दैट मीनस जो ए एक्स लगे ने बी दे जो एक्स के नाल ए बी लगे ने वो की करते पे ने सिर्फ ग्राफ की पोजिशन नू चेंज करते पे ने होर कुछ नहीं करते पे पर सब तो सिंपलैसट फॉर्म की है मेरे को सब तो सिंपलैसट फॉर्म मेरे को आई है वाई इज इक्वल टू एक्स ये मैंने की दिता पाया एक रेखा का ग्राफ दिता पाया ये चीज़ सूँ समझ आनी चाहिए है क्योंकि आप जी नेट जमैट्री पढ़नी है ना रेखा वाली जी जी पढ़नी अपना निर्देशक जमैमती पढ़ना उन्हें ग्राफ तुम्हें समझ आने बहुत जरूरी ने एक तरीके ठीक है जी ये तुम चीज़ क्लीयर हो जानी चाहिए है। अगर देखते हैं कि साढ़े को मैं लगता तुम्हें एक गल समझ आ गई होनी है क्यों क्यों नहीं हो सकते ये क्लीयर चीज़ ये क्यों नहीं हो सकते ए एक्स प्लस बी वाई ये की सिर्फ दो वेरीएबल ने और कोई वड्डी गल नहीं बस ये क्वेश्चन बदल जाती है। अगे मेरे को है वाई इज इक्वल टू ए एक्स स्केयर प्लस बी एक्स प्लस सी ये मैं कि बना के दिता पैराबोला मतलब इनू भी भुल जो एक मिनट लिए इन भी एक मिनट लिए भुल जो इन भी भुल जो सब तो सिंपलैसट फॉर्म से है तो वाई इज इक्वल टू एक्स स्केयर ठीक है। हूँ मतलब मैं करता है मैं कि जी इदा की मशीन बनाने लग्या है वाई इज इक्वल टू एक्स स्केयर का मतलब की हो गया सब तो छोटी फॉर्म से आए हैं वाई यूज एक्स केयर का मतलब की हो गया मैं कि इदा की मशीन बनाने लग्या जिद मैं आही मेरे को हूँ इनपुट की है वही जूस वाली मशीन ही है कि मैं एक गिलास एक ऑरेंज पाऊँगा पर मैं आउटपुट किन्नी मिलेगी स्केयर होके ठीक है जी स्केयर होकर मिलेगी तो मैं किन्ने मिलेंगे एक तो एक दो पुट करने कि मिलेगा मैं चार तीन पुट करने मैं कि मिलेगा तीन ती है नौ तो देखो एक पुट करने एक दो पुट करने चार तीन पुट करने नौ तो मेरा ग्राफ इदा जाएगा फिर उपर न इदा यू शेप के जो यू शेप से ग्राफ बनता है इनू असी की नाम दें पैराबोला यह नाम ही है यदा ठीक है असी पैराबोला नाम रखे हुआ तो पैराबोला ग्राफ है तो वाई इज इक्वल टू एक्स स्केयर तो हमेशा कि ग्राफ बनेगा पैराबोला तो वाई इज इक्वल टू एक्स के उत्ते हमेशा ग्राफ की बनेगा रेखा वाला ठीक है जी सरल रेखा का ग्राफ प्राप्त होएगा। हुण इहदे विच वाई इज इक्वल टू एक्स के नाल ए जोड़ के प्लस बी लगा दो कोई चक्कर नहीं ए वाई एक्स स्केयर नाल की लगा दो ए एक्स स्केयर प्लस बी एक्स प्लस सी जो ए एक्स स्केयर प्लस बी एक्स प्लस सी ने यह भी रे जो ग्राफ है पैराबोला का ग्राफ आ जरा पोजिशन तो लोकेशन में चेंज करने के काम आएगा क्लीयर चीज़ होर कुछ नहीं है कहिंदा असल विच आकृतियां का ज्यामिति अध्ययन करने के लिए निर्देशक ज्यामिति एक बीज गणितिक साधन है अलजबरिक टूल है ठीक है जी दे रूप में विकसित की गई है अलजबरिक टूल दे विच विकसित की गई है ना हुण इहदा अलजबरिक टूल का मतलब की है देखो तुसीं डॉक्टर दे कोल जाने हो तो डॉक्टर कोल अपने कोई टूल हुंदे ने ठीक है जी तुसीं अपना साइकिल या कार ठीक करा जाने पेंचर लवा जाने को अपने कोई टूल होंगे ने हर बंदा जो काम करता ना अपने को अपने कोई टूल होंगे ने डॉक्टर को स्टैटोस्कोप हों थर्मामीटर हों ठीक है स्फिग्नोमैनोमीटर हों ब्लड प्रेशर चेक करने की है कार वाले को जाने को पाना हों पेचकस हों प्लास हों सब चीज़ा होंगे ने इदा ही एक जो मैथामेटिशियन हों ठीक है जी वो जो प्रॉब्लम सॉल्व करता है वो को अपने टूल की ने जो जियोमैट्री सॉल्व करेगा देख वो देखेगा प्रॉब्लम जियोमैट्री की है वो देखेगा प्रॉब्लम कोऑर्डिनेट जियोमैट्री की है ठीक है वो देखेगा प्रॉब्लम अलजबरा की है तो अलजबरा कोऑर्डिनेट जियोमैट्री जियोमैट्री है ये टूल्स ने हुण फिजिक्स नू सॉल्व करने के लिए भी की है एक मैथ की है एक टूल है ठीक है तुसीं ई इज इक्वल टू एम सी स्केयर इक्वेशन तो आइंसटाइन की सुनी होनी है तो यह फिजिक्स की इक्वेशन है पर इन्हें सॉल्व किदा कीती है बाय मैथामैटिक्स के नाल क्लीयर जी चीज़ तो मैथ एक की बन जाता है टूल बन जाता है सारिया चीज़ों के लिए ठीक है तो उहदे विच भी हुण की कह रहा है बीज गणितिक साधन अलजबरिक टूल बन गया है टूल समझते पे ना क्यों क्या उहदे लिए ठीक है जी ये बीजगणित का प्रयोग करके जमैती का अध्ययन करने में सहायता होती है जमैट्री असं पढ़ सकते हैं बीजगणित की जमैत्री द्वारा समझाने में सहायक सिद्ध होती है समझ आ रही है गल देखो आप कहने जियोमैट्री अलग है जियोमैट्री तो जोड़ा बीजगणित आपस के कि ने आपस से यह जुड़े हुए हैं जे तुसी अलजबरा समझते हो बीजगणित समझते हो तो तुहानू जियोमैट्री भी सॉल्व करनी सौखी होएगी जियोमैट्री समझते तुहानू अलजबरा भी करना सॉल्व करना सौखा होएगा दोनों इंटरचेंजेबल ने मतलब इहदियां प्रॉपर्टियां उच्च काम आ जांदियां उहदियां प्रॉपर्टियां उच्च काम आ जांदियां जिवें सब तो सिंपल जी गल देखो मैं तुहानू पुछना स्पून किस काम आता है ना तुसी स्पून देखे ना किस काम आता है तो तुहाडे दिमाग सब तो पहला यही चीज़ गल आती है भी खाना खाने के लिए काम आता है ठीक है क्योंकि असी सदियों तो कि शुरू तो असी खाना खाने ही यूज़ किया है पर कि स्पून के नाल मिट्टी नहीं पुट सकते ना
ਕਿ ਸਪੂਨ ਦੇ ਨਾਲ ਕੋਈ ਅਸੀਂ ਪੇਚ ਨਹੀਂ ਖੋਲ੍ਹ ਸਕਦੇ, ਖੋਲ੍ਹ ਸਕਦੇ ਹਾਂ ਨਾ, ਪਰ ਸਾਡੇ ਦਿਮਾਗ 'ਚ ਪਹਿਲੀ ਗੱਲ ਕੀ ਆਈ, ਖਾਣਾ ਖਾਣ ਦੇ ਕੰਮ ਨਾਲ, ਠੀਕ ਹੈ। ਮਤਲਬ ਇਹ ਕੀ ਇੱਕ ਟੂਲ ਹੈ, ਇਹ ਟੂਲ ਕਿੱਥੇ ਕਿ ਬੇਸਿਕਲੀ ਹਮੇਸ਼ਾ ਤੋਂ ਜਿੱਥੇ ਯੂਜ਼ ਹੁੰਦਾ ਜਾ ਰਿਹਾ ਹੋ ਰਿਹਾ ਹੈ, ਜ਼ਰੂਰੀ ਨਹੀਂ ਵੀ ਉੱਥੇ ਹੀ ਯੂਜ਼ ਹੋਵੇ, ਲੋੜ ਪੈਣ 'ਤੇ ਇਸ ਨਾਲ ਮਿੱਟੀ ਵੀ ਪੁੱਟੀ ਜਾ ਸਕਦੀ ਹੈ, ਨਾਲ ਪੇਚ ਵੀ ਖੋਲ੍ਹੇ ਜਾ ਸਕਦੇ ਆ। ਇੱਦਾਂ ਹੀ ਜਮੈਟਰੀ ਦਾ ਮਤਲਬ ਇਹ ਨਹੀਂ ਸਿਰਫ ਜਮੈਟਰੀ ਦੀ ਪ੍ਰੋਬਲਮ ਸੋਲਵ ਕਰੇਗੀ, ਅਲਜਬਰੇ ਦਾ ਮਤਲਬ ਇਹ ਨਹੀਂ ਸਿਰਫ ਅਲਜਬਰਿਕ ਪ੍ਰੋਬਲਮ ਹੀ ਸੋਲਵ ਕਰੇਗੀ, ਅਸੀਂ ਜਮੈਟਰੀ ਦੀ ਪ੍ਰੋਬਲਮ ਨੂੰ ਅਲਜਬਰਾ 'ਚ ਲਿਜਾ ਕੇ ਸੋਲਵ ਕਰ ਸਕਦੇ ਹਾਂ, ਅਤੇ ਅਲਜਬਰਿਕ ਦੀ ਪ੍ਰੋਬਲਮ ਨੂੰ ਜਮੈਟਰੀ ਵਿੱਚ ਲਿਆ ਕੇ ਸੋਲਵ ਕਰ ਸਕਦੇ ਹਾਂ ਇੰਟਰਚੇਂਜੇਬਲ ਕਰਕੇ। ਕਲੀਅਰ ਜੀ ਚੀਜ਼ ਹੈ। ਇਸ ਕਾਰਨ ਨਿਰਦੇਸ਼ਕ ਜਿਆਮਤੀ ਦੇ ਅਲੱਗ ਅਲੱਗ ਖੇਤਰ ਵਿੱਚ ਬਹੁਤ ਸਾਰੇ ਉਪਯੋਗ, ਜਿਸ ਤਰ੍ਹਾਂ ਭੌਤਿਕੀ, ਠੀਕ ਹੈ, ਫਿਜਿਕਸ, ਇੰਜੀਨੀਅਰਿੰਗ, ਸਮੁੰਦਰੀ ਪਹਿਰਵਹਿਨ, ਭੂਚਾਲ ਸ਼ਾਸਤਰ ਸੰਬੰਧੀ, ਸਿਸਮੋਲੋਜੀ ਦੇ ਵਿੱਚ, ਕਲਾ ਦੇ ਵਿੱਚ ਵੀ ਕੰਮ ਆ ਜਾਂਦੇ ਨੇ, ਹੈ ਨਾ। ਹੁਣ ਕਲਾ ਦੇ ਵਿੱਚ ਕੀ ਕੰਮ ਆ, ਤੁਸੀਂ ਕਹਿੰਗੇ ਆਰਟਸ ਦੇ ਵਿੱਚ ਕੀ ਕੰਮ ਆ ਗਿਆ, ਮੈਥ ਦਾ ਜਾਂ ਇਹਦਾ, ਠੀਕ ਹੈ ਜੀ। ਤਾਂ ਜਿੰਨੀ ਵੀ ਆਰਕੀਟੈਕਚਰ ਦੀਆਂ ਬਿਲਡਿੰਗਾਂ ਬਣਾਉਂਦੀਆਂ ਨੇ, ਆਪਾਂ ਪੇਂਟਿੰਗ ਬਣਾਉਂਦੇ ਹਾਂ, ਤੁਹਾਨੂੰ ਅਸੀਂ ਦੇਖੋ ਸੂਰਜਮੁਖੀ ਦਾ ਤੁਸੀਂ ਇੱਦਾਂ ਫੁੱਲ ਦੇਖਦੇ ਹੋ, ਹੈ ਨਾ, ਜਿਹੜੇ ਇੱਦਾਂ ਫੁੱਲ ਦੇਖਦੇ ਹੋ, ਉਹਨਾਂ ਵਿੱਚ ਵੀ ਇੱਦਾਂ ਕੀ ਹੁੰਦੀ ਹੈ, ਪੈਰਾਬੋਲਾ ਸ਼ੇਪ ਹੁੰਦੀ ਹੈ, ਠੀਕ ਹੈ। ਪੱਤੀਆਂ ਦੇ ਵਿੱਚ ਵੀ ਕੀ ਹੁੰਦੀ ਹੈ, ਪੈਰਾਬੋਲਾ ਦੀ ਸ਼ੇਪ ਹੋ ਜਾਂਦੀ ਹੈ ਮੈਥ ਦੇ ਵਿੱਚ, ਠੀਕ ਹੈ। ਤੁਸੀਂ ਇਹਦਾ ਸ਼ੰਖ ਦੇਖਿਆ ਹੋਣਾ ਹੈ ਇਸ ਤਰੀਕੇ ਨਾਲ, ਹੈ ਨਾ, ਉਹਦੇ ਵਿੱਚ ਵੀ ਕੀ ਹੈ, ਸਪਾਇਰਲ ਸ਼ੇਪ ਜਾਂਦੀ ਪਈ ਹੈ, ਠੀਕ ਹੈ। ਅਤੇ ਉੱਦਾਂ ਤਾਂ ਕਲਾ ਦਾ ਨਮੂਨਾ ਇੱਕ, ਠੀਕ ਹੈ, ਕਲਾ ਦੇ ਨਮੂਨੇ ਨਾਲ ਵੀ ਦੇਖ ਸਕਦੇ ਆਪਾਂ। ਮਤਲਬ ਦੇਖੋ ਚੀਜ਼ਾਂ ਨੂੰ ਕਲਾ ਦੇ ਨਮੂਨੇ ਨਾਲ ਵੀ ਦੇਖ ਲਓ, ਉਹਨਾਂ ਨੂੰ ਮੈਥ ਦੇ ਨਮੂਨੇ ਦੇਖੋ। ਕਲਾ ਤਾਂ ਇਸ ਤਰੀਕੇ ਨਾਲ ਹੋਗੀ ਨਾ ਵੀ ਤੁਸੀਂ ਉਹਨੂੰ ਆਰਟ ਦੇ ਤਰੀਕੇ ਦੇ ਨਾਲ ਦੇਖਦੇ ਪਏ ਹੋ, ਉਹਦੇ ਵਿੱਚ ਤੁਹਾਨੂੰ ਇੰਟਰਸਟ ਪੈਦਾ ਹੋ ਰਿਹਾ, ਤੁਹਾਡੇ ਦਿਲ ਨੂੰ ਛੂ ਗਈ ਹੈ, ਤਾਂ ਉਹ ਕਲਾ ਬਣ ਗਈ। ਪਰ ਉਹਦੇ ਪਿੱਛੇ ਕੁਐਸਚਨ ਲੱਭਣ ਭੱਜ ਗਏ ਤਾਂ ਭੌਤਿਕੀ ਹੋ ਗਈ, ਉਹਨੂੰ ਯੂਜ਼ ਕਰਕੇ ਲੋਕਾਂ ਦੇ ਭਲੇ ਲਈ ਯੂਜ਼ ਕਰ ਲਿਆ ਤਾਂ ਇੰਜੀਨੀਅਰਿੰਗ 'ਚ ਹੋ ਗਈ। ਕਲੀਅਰ ਜੀ, ਇਸ ਤਰੀਕੇ ਨਾਲ ਚੀਜ਼ਾਂ ਚੱਲਦੀਆਂ ਰਹੇ। ਇਸ ਅਧਿਆਇ ਵਿੱਚ ਤੁਸੀਂ ਇਹ ਪੜ੍ਹੋਗੇ ਕਿ ਦੋ ਬਿੰਦੂਆਂ, ਹੁਣ ਦੋ ਬਿੰਦੂਆਂ ਜਿਨ੍ਹਾਂ ਦੇ ਨਿਰਦੇਸ਼ਾਂਕ ਦਿੱਤੇ ਗਏ ਹੋਣ, ਹੁਣ ਆਪਾਂ ਨੂੰ ਨਿਰਦੇਸ਼ਾਂਕ ਦਿੱਤੇ ਹੋਣਗੇ ਅਸੀਂ ਲੱਭਣਾ ਨਹੀਂ ਹੈਗਾ, ਠੀਕ ਹੈ, ਵਿਚਕਾਰਲੀ ਦੂਰੀ ਕਿਸ ਤਰ੍ਹਾਂ ਪਤਾ ਕੀਤੀ ਜਾ ਸਕਦੀ ਹੈ, ਅਤੇ ਤਿੰਨ ਦਿੱਤੇ ਹੋਏ ਬਿੰਦੂਆਂ ਤੋਂ ਬਣੇ ਤ੍ਰਿਭੁਜ ਦਾ ਖੇਤਰਫਲ ਕਿਸ ਤਰ੍ਹਾਂ ਪਤਾ ਕੀਤਾ ਜਾ ਸਕਦਾ ਹੈ। ਤੁਸੀਂ ਇਹ ਵੀ ਪੜ੍ਹੋਗੇ ਕਿ ਦਿੱਤੇ ਹੋਏ ਬਿੰਦੂਆਂ ਨੂੰ ਮਿਲਾਉਣ ਤੋਂ ਬਣੇ ਰੇਖਾਖੰਡ, ਰੇਖਾਖੰਡ ਦਾ ਤੁਹਾਨੂੰ ਮੈਂ ਸਮਝਾਈ ਚੁੱਕਿਆ ਰੇਖਾਖੰਡ ਕੀ ਹੁੰਦੀ ਹੈ ਨਾ, ਅਤੇ ਇੱਕ ਦਿੱਤੇ ਹੋਏ ਅਨੁਪਾਤ, ਅਨੁਪਾਤ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਜੇ ਨਹੀਂ ਆਉਂਦਾ ਤੁਸੀਂ ਬਾਕੀ ਵੀਡੀਓ ਲੈਕਚਰ ਦੇਖੋ, ਉਹਨਾਂ ਵਿੱਚ ਬਹੁਤ ਇੰਪੋਰਟੈਂਟ ਹੈ, ਇਹਦੇ ਵਿੱਚ ਵੀ ਮੈਂ ਤੁਹਾਨੂੰ ਇੱਕ ਵਾਰੀ ਦੁਬਾਰਾ ਸਮਝਾ ਦੂੰਗਾ। ਆਪਣਾ ਅਨੁਪਾਤ ਵਿੱਚ ਵੰਡਣ ਵਾਲੇ ਬਿੰਦੂ ਦੇ ਨਿਰਦੇਸ਼ਾਂਕ ਕਿਸ ਤਰ੍ਹਾਂ ਪ੍ਰਾਪਤ ਕੀਤੇ ਜਾ ਸਕਦੇ ਹਨ। ਕਲੀਅਰ ਚੀਜ਼। ਹੁਣ ਹੈਗਾ ਦੂਰੀ ਸੂਤਰ ਫਾਰਮੂਲਾ, ਇਹ ਆਪਾਂ ਨੈਕਸਟ ਵੀਡੀਓ ਲੈਕਚਰ ਵਿੱਚ ਦੇਖਦੇ ਹਾਂ। ਇਹ ਵੀਡੀਓ ਨੂੰ ਤੁਸੀਂ ਇੱਕ ਦੋ ਵਾਰੀ ਦੇਖੋ ਤਾਂ ਕਿ ਤੁਹਾਨੂੰ ਸਮਝ ਆਵੇ ਵੀ ਜਿਓਮੈਟਰੀ ਦਾ ਮੇਨ ਕਾਰਨ ਕੀ ਹੈ, ਅਸੀਂ ਜਿਓਮੈਟਰੀ ਨੂੰ ਕਿਉਂ ਪੜ੍ਹਦੇ ਪਏ ਹਾਂ, ਠੀਕ ਹੈ ਜੀ। ਇਹ ਵੀਡੀਓ ਲੈਕਚਰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮੱਚ।